ਕੀ ਕਹਿਣਾ ਚਾਹੋਗੇ ਅੱਜ ਪ੍ਰਧਾਨ ਮੰਤਰੀ ਬਣੇ ਆ ਕੁਝ ਨਿਆ ਦੇਣਾ ਚਾਹੁੰਦੇ ਹੋ ਤੁਸੀਂ ਆਪਣੇ ਸੁਨਿਆ ਇਹੋ ਯਾਰ ਵਧਾਇਓ ਵਧਾਇਓ ਕਿ ਉਹਨੂੰ ਸੁਨਾ ਹੋ ਗਿਆ ਗੇ ਹਾਂਜੀ ਪੁਰਾਣਾ ਕਿਸਾ ਜਦੋਂ ਪਿੰਡ ਆਏ ਸੀਗੇ ਇੱਥੇ ਬੜੀਆਂ ਯਾਦਾਂ ਛੱਡ ਕੇ ਗਏ ਆ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਬਜ਼ੁਰਗ ਉਹਨਾਂ ਨੂੰ ਦੱਸਦੇ ਸੀਗੇ ਵੀ ਅਸੀਂ ਕਿਸ ਤਰ੍ਹਾਂ ਪਿੰਡ ਦੇ ਵਿੱਚ ਸਾਡਾ ਪਿਆਰ ਮੁਹੱਬਤ ਨਾਲ ਰਹਿੰਦੇ ਸੀਗੇ ਬੜੀ ਕੋਈ ਲੇਖਾ ਹੀ ਨਹੀਂ ਕਹਿੰਦੇ ਵੀ ਕੀ ਹਾਂ ਤੇ ਕੀ ਤੋਂ ਕੀ ਬਣ ਗਏ ਇਹੀ ਉਹ ਬਾਰ ਬਾਰ ਸਟੇਜ ਤੇ ਗੱਲ ਕਹਿੰਦੇ ਸੀ ਮੀਆਂ ਸਹਿਬਾਜ਼ ਸ਼ਰੀਫ ਅਸੀਂ ਤੇ ਮਿੱਟੀ ਨੂੰ ਬਾਰ ਬਾਰ ਸਜਦਾ ਕਰਦੇ ਹਾਂ ਬੜੀ ਕੋਈ ਲੇਖਾ ਹੀ ਨਹੀਂ ਇੱਥੇ ਆਣ ਕੇ ਜਦੋਂ ਉਹਨਾਂ ਨੇ ਅਰਦਾਸ ਕੀਤੀ ਬਾਬਿਆਂ ਨੇ ਤੇ ਕੋਈ ਹੋਰ ਭਜਨ ਨਹੀਂ ਉਹਨੂੰ ਕੀਤਾ ਇਹੋ ਭਜਨ ਕੀਤਾ ਵੀ ਮੇਰੇ ਆ ਸਤਿਗੁਰੂ ਇਹਦਾ ਫਾਹ ਹੀ ਤੋਂ ਫਾਹ ਤੋੜ ਗਿਆ ਫਾਹ ਤੋੜ ਕੇ ਜਦੋਂ ਉਹ ਚਲੇ ਗਏ ਫਾਹ ਉਹਦਾ ਉਧਰੋਂ ਟੁੱਟ ਗਿਆ ਅਤੇ ਮੈਂ ਕਿਹਾ ਬਾਬਾ ਬਾਬਾ ਸਭ ਕੁਝ ਤੋੜ ਦੇਣਾ ਸੀ ਅਤੇ ਕਹਿ ਤਰਿਆ ਨਾ ਆਉਂਦਾ ਸਭ ਕੁਝ ਹੋ ਜਾਣਾ ਬੜੇ ਸੰਤ ਆ ਉਹ ਅਸੀਂ ਅਸੀਂ ਆਖਿਆ ਵੀ ਨਵਾਜ਼ ਸ਼ਰੀਫ ਨੂੰ ਜਦੋਂ ਉਤਰਨਾ ਉੱਥੇ ਖਡੂਰ ਸਾਹਿਬ ਕਾਲਜੇ ਉਤਰਨਾ ਤੂੰ ਅਤੇ ਉਹ ਫਿਰ ਰਾਜਿਆਂ ਦੀਆਂ ਮਨੌਤਾਂ ਬਾਦਲ ਹੋਣਾਂ ਦੀਆਂ ਮਨੌਤਾਂ ਇੱਥੇ ਲੈ ਆਓ ਕੀ ਕਹਿਣਾ ਚਾਹੋਗੇ ਅੱਜ ਪ੍ਰਧਾਨ ਮੰਤਰੀ ਬਣੇ ਆ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਆਪਣੇ ਸੁਨੇਹਾ ਇਹੋ ਯਾਰ ਵਧਾਇਓ ਵਧਾਇਓ ਕਿ ਉਹਨੂੰ ਸੁਨੇਹਾ ਹੋ ਗਿਆ ਗੇ ਆਹੋ ਹੋਰ ਕਿਤਨਾ ਸੁਨੇਹਾ ਦੇਣਾ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਜੀ ਅਸੀਂ ਤਾਂ ਤਿੰਨ ਚਾਰ ਦਿਨ ਤੋਂ ਅਰਦਾਸਾਂ ਬੇਨਤੀਆਂ ਕਰ ਰਹੇ ਹਾਂ ਅਤੇ ਅੱਜ ਹੁਣ ਜੇ ਉਹਨਾਂ ਸਹੁੰ ਚੁੱਕ ਲਈ ਪ੍ਰਧਾਨ ਮੰਤਰੀ ਬਣ ਗਏ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ ਲੱਡੂ ਵਗੈਰਾ ਵੰਡੇ ਇੱਥੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਸੰਗਤ ਨੇ ਇਕੱਠੀ ਹੋ ਕੇ ਬਹੁਤ ਖੁਸ਼ੀ ਮਨਾਈ ਹੈ ਹਾਂਜੀ ਪੁਰਾਣਾ ਕਿਸਾ ਜਦੋਂ ਪਿੰਡ ਆਏ ਸੀਗੇ ਇੱਥੇ ਬੜੀਆਂ ਯਾਦਾਂ ਉਹ ਛੱਡ ਕੇ ਗਏ ਆ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਬਜ਼ੁਰਗ ਉਹਨਾਂ ਨੂੰ ਦੱਸਦੇ ਸੀਗੇ ਵੀ ਅਸੀਂ ਕਿਸ ਤਰ੍ਹਾਂ ਪਿੰਡ ਦੇ ਵਿੱਚ ਸਾਡਾ ਪਿਆਰ ਮੁਹੱਬਤ ਨਾਲ ਰਹਿੰਦੇ ਸੀਗੇ ਸਾਡੀ ਕਿੰਨੀ ਸਾਂਹ ਸੀਗੀ ਆਪਸ ਵਿੱਚ ਕਿੰਨਾ ਪਿਆਰ ਸੀਗਾ ਅਤੇ ਉਹ ਇਹੀ ਮਿੱਟੀ ਨੂੰ ਮੁੜ ਮੁੜ ਸਜਦਾ ਕਰਦੇ ਆਪਣੀ ਜਾਤੀ ਮਰਿਆਦੀ ਨੂੰ ਉਹ ਇਹੀ ਸੋਚਦੇ ਆਪਣਾ ਜਦੋਂ ਬਜ਼ੁਰਗਾਂ ਦਾ ਵੇਖਦੇ ਆਪਣਾ ਸੁਣਦੇ ਆ ਪੁਰਾਣਾ ਸਮਾਂ ਉਹ ਕਹਿੰਦੇ ਵੀ ਅਸੀਂ ਕੀ ਹਾਂ ਅਤੇ ਕੀ ਤੋਂ ਕੀ ਬਣ ਗਏ ਇਹੀ ਉਹ ਬਾਰ ਬਾਰ ਸਟੇਜ 'ਤੇ ਗੱਲ ਕਹਿੰਦੇ ਸੀ ਮੀਆਂ ਸਹਿਬਾਜ਼ ਸ਼ਰੀਫ ਅਸੀਂ ਤਾਂ ਮਿੱਟੀ ਨੂੰ ਬਾਰ ਬਾਰ ਸਜਦਾ ਕਰਦੇ ਹਾਂ ਕਿਉਂਕਿ ਅਸੀਂ ਇੱਥੋਂ ਛੋਟੇ ਮੋਟੇ ਕਾਰੋਬਾਰ ਤੋਂ ਕਿੱਥੇ ਪਰਮਾਤਮਾ ਨੇ ਸਾਨੂੰ ਪਜਾਇਆ ਹੁਣ ਕੋਈ ਆਸ ਹੈ ਆਪਣੇ ਭਾਰਤ ਪਾਕਿਸਤਾਨ ਦੇ ਸੰਬੰਧ ਵਧਣ ਦੀ ਹਾਂਜੀ ਬਹੁਤ ਜ਼ਿਆਦਾ ਆਸ ਆ ਕਿਉਂਕਿ ਮੀਆਂ ਸਹਿਬਾਜ਼ ਸ਼ਰੀਫ ਪ੍ਰਧਾਨ ਮੰਤਰੀ ਬਣ ਗਏ ਆ ਅਤੇ ਹੁਣ ਜਿਹੜੀ ਗੱਲਬਾਤ ਇਮਰਾਨ ਖਾਨ ਵੇਲੇ ਟੁੱਟੀ ਸੀਗੀ ਨਹੀਂ ਸੀ ਹੋਈ ਦੁਬਾਰਾ ਉਹ ਹੁਣ ਸਾਨੂੰ ਆਸ ਆ ਕਿ ਆਪਣੇ ਇੰਡੀਆ ਦੇ ਨਾਲ ਉਹਨਾਂ ਦੀ ਗੱਲਬਾਤ ਜਿਹੜੀ ਆ ਭਾਵੇਂ ਕਸ਼ਮੀਰ ਦਾ ਮਸਲਾ ਕੋਈ ਵੀ ਸਰਹੱਦਾਂ ਦਾ ਮਸਲਾ ਵਾ ਉਹ ਮੇਜ਼ 'ਤੇ ਬਹਿ ਕੇ ਅਤੇ ਹੱਲ ਕਰਨਗੇ ਸਾਨੂੰ ਬਹੁਤ ਅੱਛਾ